ਦਾ ਮਾਮਲਾ ਵਾ, ਕੀ ਹੈ ਮਾਮਲਾ ਜੀ? ਅੱਜ ਸਵੇਰੇ ਅਸੀਂ ਕਿ 7:30-8 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਰਿਸੀਵ ਹੋਈ ਸੀਗੀ, ਅਤੇ ਉਹਨਾਂ ਨੇ ਕ੍ਰਿਸ਼ਨ ਭਾਈਚਾਰੇ ਦੇ ਸੀਗੇ, ਅਤੇ ਉਹਨਾਂ ਨੇ ਦੱਸਿਆ ਕਿ ਕੱਲ੍ਹ ਜਿਹੜੇ ਹੈਗੇ ਕੱਲ੍ਹ ਰਾਤ 10:30 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ PS ਕਿਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ, ਅਤੇ ਉੱਥੇ ਜਿਹੜੀ 2 ਗੁੱਟਾਂ ਦੇ ਵਿੱਚ ਲੜਾਈ ਹੋਈ ਹੈ, ਅਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਨ ਮਸੀਹ ਹੈਗਾ, ਇਹ ਡਾਲੇਚੱਕ ਦਾ ਰਹਿਣ ਵਾਲਾ ਹੈ। ਅਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਪਲੇਸ ਆਫ ਅਕਰਸ 'ਤੇ ਗਏ, ਪਲੇਸ ਆਫ ਅਕਰਸ ਦੇ ਬਾਅਦ ਅਸੀਂ ਹੋਸਪਿਟਲ ਗਏ, ਅਤੇ ਪਲੇਸ ਆਫ ਅਕਰਸ ਤੋਂ ਸਾਨੂੰ 32 ਬੋਰਡ ਅਤੇ 30 ਬੋਰਡ ਦਾ ਖੋਲ ਅਤੇ ਪਲੱਸ ਇੱਕ ਜਿੰਦਾ ਰੋਲ 32 ਬੋਰਡ ਦਾ ਮਿਲਿਆ। ਐਂਡ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛਗਿੱਛ ਕੀਤੀ, ਅਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿਨ੍ਹਾਂ ਵੱਲੋਂ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ, ਅਸੀਂ ਮਦਨ ਮਸੀਹ ਬਟਾਲਾ ਤੋਂ ਉਹਨੂੰ ਅਮਨਦੀਪ ਹੋਸਪਿਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ, ਅਤੇ ਅਮਨਦੀਪ ਜਿਹੜਾ ਮਦਨ ਮਸੀਹ ਦੇ ਟੋਟਲ 5 ਗੋਲੀਆਂ ਲੱਗੀਆਂ। ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ, ਮਦਨ ਮਸੀਹ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਨ ਸਾਹਮਣੇ ਨਹੀਂ ਆਈ, ਬਟ ਜਿਹੜਾ ਹੈਗਾ ਮਦਨ ਮਸੀਹ ਦੀ ਬੈਕਗ੍ਰਾਊਂਡ ਕ੍ਰਿਮੀਨਲ ਰਿਕਾਰਡ ਹੈਗਾ, ਸਾਡੇ ਕੋਲ ਕਾਫੀ ਮੁਕੱਦਮੇ ਦਰਜ ਹੈ। ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ, ਅਤੇ ਸਾਡੀਆਂ ਟੀਮਾਂ ਅਲੱਗ ਅਲੱਗ ਲੱਗੀਆਂ, ਟਿਲ ਈਵਨਿੰਗ ਤੱਕ ਅਸੀਂ ਜਿਹੜਾ ਹੈਗਾ ਟਰੇਸ ਕਰ ਲਵਾਂਗੇ ਡੈਫੀਨੇਟਲੀ। ਹਾਂਜੀ, ਸੀਸੀਟੀਵੀ ਫੁਟੇਜ ਸਾਹਮਣੇ ਆਈ, ਉਹਦੇ ਵਿੱਚ ਜਿਹੜਾ ਮੂੰਹ ਬੰਨੇ ਹੋਏ ਸੀਗੇ, ਅਤੇ ਅਜੇ ਕਲੀਅਰ ਨਹੀਂ ਹੋਇਆ ਕਿ ਬਾਈ ਨੇਮ ਕੌਣ ਸੀਗਾ। ਕ੍ਰਿਮੀਨਲ ਰਿਕਾਰਡ ਹੈ, 307 ਦੇ ਹੈਗੇ ਆ, 326 ਦੇ ਹੈਗੇ ਆ, ਸਾਰੇ ਕ੍ਰਿਮੀਨਲ ਰਿਕਾਰਡ ਹੈਗੇ ਉਹਦੇ। ਮਦਨ ਮਸੀਹ ਆਊਟ ਆਫ ਡੇਂਜਰ ਹੈਗਾ ਹੈ, ਅਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ, ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ 'ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ, ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡੇ ਨਾਲ ਗੱਲਬਾਤ ਕਰ ਰਿਹਾ ਅਤੇ ਆਪਣੀ ਸਟੇਟਮੈਂਟ ਜਿਹੜੀ ਲਿਖਾ ਰਿਹਾ।